ਸਤਿ ਸ਼੍ਰੀ ਅਕਾਲ ਦੋਸਤੋ, ਸੁਖਮਨੀ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਮੈਂ ਸਤਵਿੰਦਰ ਭਾਟੀਆ ਤੁਹਾਡਾ ਇਸ ਵੀਡੀਓ ਸਵਾਗਤ ਕਰਨਾ। ਮੈਂ ਰੈਗੂਲੇਟਡ ਐਂਡ ਲਾਈਸੈਂਸਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹਾਂ। ਅੱਜ ਇੱਕ ਜ਼ਬਰਦਸਤ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰਨੀ ਹੈ, ਜੋ ਕਿ ਅੱਜ ਦੀ ਨਿਊਜ਼ ਹੈ। ਔਰ ਇਹ ਨਿਊਜ਼ ਐਡੀ ਵੱਡੀ ਹੈ, ਅਗਰ ਤੁਸੀਂ ਮੇਰਾ ਹੁਣ ਤੱਕ ਦਾ ਕੋਈ ਵੀਡੀਓ ਨਹੀਂ ਦੇਖਿਆ ਤੇ ਪਲੀਜ਼ ਅੱਜ ਦਾ ਵੀਡੀਓ ਜ਼ਰੂਰ ਦੇਖੋ, ਕਿਉਂਕਿ ਇਹ ਸ਼ਾਇਦ ਕੈਨੇਡੀਅਨ ਇਮੀਗ੍ਰੇਸ਼ਨ ਦੀ ਦਿਸ਼ਾ ਔਰ ਦਸ਼ਾ ਦੋਨੋਂ ਬਦਲ ਦੇਗੀ। ਏਡੀ ਵੱਡੀ ਇਹ ਨਿਊਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾਂਗਾ। ਸੋ ਕੀ ਨਿਊਜ਼ ਹੈ, ਕੀ ਡਿਟੇਲ ਹੈ, ਸਭ ਕੁਝ ਸ਼ੇਅਰ ਕਰਾਂਗਾ। ਉਸ ਤੋਂ ਪਹਿਲਾਂ ਬਹੁਤ ਛੋਟੀ ਜਿਹੀ ਰਿਕੁਐਸਟ, ਤੁਸੀਂ ਚੈਨਲ ਤੇ ਨਵੇਂ ਹੋ ਔਰ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ, ਕਿਉਂਕਿ ਇਸ ਚੈਨਲ ਤੇ ਅਸੀਂ ਬਹੁਤ ਸਾਰੀਆਂ ਕੈਨੇਡੀਅਨ ਇਮੀਗ੍ਰੇਸ਼ਨ ਦੀਆਂ ਨਿਊਜ਼, ਅਪਡੇਟ, ਟਿਪਸ, ਟ੍ਰਿਕਸ ਤੁਹਾਡੇ ਨਾਲ ਸ਼ੇਅਰ ਕਰਨੇ ਆ। ਤੁਹਾਨੂੰ ਵੀਡੀਓ ਪਸੰਦ ਆਏ ਪਲੀਜ਼ ਲਾਈਕ ਕਰੋ, ਸ਼ੇਅਰ ਕਰੋ ਆਪਣੇ ਫਰੈਂਡਸ ਔਰ ਫੈਮਿਲੀਜ਼ ਨਾਲ, ਤਾਂ ਕਿ ਉਹਨਾਂ ਦਾ ਵੀ ਬੈਨੀਫਿਟ ਹੋ ਸਕੇ। ਨਾਲ ਦੇ ਨਾਲ ਬੈਲ ਆਈਕਨ ਜ਼ਰੂਰ ਦਬਾ ਦਿਓ, ਕਿਉਂਕਿ ਇਸੇ ਤਰ੍ਹਾਂ ਵੀਡੀਓ ਉਸੇ ਵਕਤ ਤੁਹਾਡੇ ਤੱਕ ਪਹੁੰਚਦਾ ਜਦੋਂ ਅਸੀਂ ਅਪਲੋਡ ਕਰਨੇ ਆ। ਸਿਰਫ ਔਰ ਸਿਰਫ ਇੱਕ ਚੀਜ਼ ਯਾਦ ਰੱਖਣੀ ਹੈ, ਇਹ ਚੈਨਲ ਡੈਡੀਕੇਟਿਡ ਹੈ ਕੈਨੇਡੀਅਨ ਇਮੀਗ੍ਰੇਸ਼ਨ ਵਾਸਤੇ। ਜੋ ਕੁਛ ਵੀ ਕੈਨੇਡੀਅਨ ਇਮੀਗ੍ਰੇਸ਼ਨ ਚ ਹੋਏਗਾ ਤੁਹਾਨੂੰ ਇੱਥੇ ਜ਼ਰੂਰ ਪਤਾ ਲੱਗੇਗਾ। ਸੋ ਆਪਾਂ ਸ਼ੁਰੂ ਕਰਨੇ ਆ ਬਹੁਤ ਇੰਪੋਰਟੈਂਟ ਨਿਊਜ਼, ਔਰ ਮੇਰਾ ਮੰਨਣਾ ਹੈ ਕਿ ਇਹ ਨਿਊਜ਼ ਇਸ ਤੋਂ ਵੱਡੀ ਨਿਊਜ਼ ਪੂਰੇ ਸਾਲ ਚ ਨਹੀਂ ਕੋਈ ਆਈ। ਇੰਨੀ ਕੁ ਵੱਡੀ ਨਿਊਜ਼ ਹੈ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਵਾਂ। ਸੋ ਇਹ ਇੱਕ ਨਹੀਂ ਹੈ, ਮਜ਼ੇਦਾਰ ਗੱਲ ਇਹ ਦੋ ਨਿਊਜ਼ ਨੇ ਔਰ ਲਗਾਤਾਰ ਪਿਛਲੇ ਦੋ ਦਿਨਾਂ ਚ ਆਈਆਂ ਨੇ। ਇੱਕ ਅੱਜ ਆਈ ਹੈ, ਇੱਕ ਦੋ ਦਿਨ ਪਹਿਲਾਂ ਆਈ ਸੀ। ਇਹ ਦੋ ਨਿਊਜ਼ ਨੇ ਆਪਸ ਚ ਕਨੈਕਟਡ ਨੇ, ਦੋ ਨਿਊਜ਼ ਬਹੁਤ ਇੰਪੋਰਟੈਂਟ ਨਿਊਜ਼ ਨੇ ਔਰ ਆਪਸ ਚ ਕਨੈਕਟਡ ਨੇ। ਸੋ ਕੀ ਨਿਊਜ਼ ਨੇ, ਸਭ ਤੋਂ ਪਹਿਲਾਂ ਦੋ ਵੱਡੇ ਚੇਂਜਸ ਹੋਣ ਵਾਲੇ ਨੇ, ਬਹੁਤ ਵੱਡੇ। ਪਹਿਲਾਂ ਦਿਲ ਥਾਮ ਕੇ, ਬਹੁਤ ਵੱਡਾ ਚੇਂਜ ਹੋਣ ਲੱਗਾ ਹੈ, LMIA ਬੰਦ ਹੋਣ ਲੱਗਿਆ। ਜੀ ਹਾਂ, LMIA ਜਿਹੜੇ ਲੋਕ ਕੈਨੇਡਾ ਆਉਣ ਦਾ ਸੁਪਨਾ ਦੇਖਦੇ ਸੀ ਕਿ LMIA ਲਵਾਂਗੇ, ਕੈਨੇਡਾ ਆਵਾਂਗੇ, ਵਰਕ ਪਰਮਿਟ ਹਾਸਿਲ ਕਰਾਂਗੇ, LMIA ਬੰਦ ਹੋ ਰਹੀਆਂ ਪਹਿਲਾਂ। ਦੂਜਾ, ਇੱਥੇ ਹੀ ਬਸ ਨਹੀਂ ਹੈ, ਗੌਰਮੈਂਟ ਨੇ ਇਹ ਚੇਂਜ ਦੋ ਦਿਨ ਪਹਿਲਾਂ ਅਨਾਊਂਸ ਕੀਤਾ ਸੀ ਐਂਡ ਆਈ ਵਾਸ ਐਕਚੁਅਲੀ ਹੋਪਿੰਗ ਕਿ ਇਹਦਾ ਇੱਕ ਫੋਲੋ ਅਪ ਜ਼ਰੂਰ ਆਏਗਾ। ਅੱਜ ਉਹ ਗੱਲ ਸੱਚੀ ਹੋ ਗਈ, ਅੱਜ ਹੀ ਉਹ ਫੋਲੋ ਅਪ ਆਇਆ ਤੇ ਕੁਝ ਲੋਕਾਂ ਨੇ ਛੇਤੀ ਛੇਤੀ ਵੀਡੀਓ ਬਣਾਤੇ, ਲੇਕਿਨ ਅੱਜ ਤੁਹਾਨੂੰ ਪੂਰੀ ਗੱਲ ਪਤਾ ਲੱਗੇਗੀ। ਸੋ LMIAਂ ਬੰਦ ਹੋ ਰਹੀਆਂ ਨੇ। ਨੰਬਰ ਦੂਜਾ, ਜਿਹੜਾ ਸੈਕਿੰਡ ਬਹੁਤ ਵੱਡਾ ਚੇਂਜ ਹੈ, ਉਹ ਹੈਗਾ ਵਿਜ਼ਟਰ ਵੀਜ਼ਾ। ਸੋ ਕਿਸੇ ਵੀ ਤਰੀਕੇ ਨਾਲ ਲੋਕ ਵਿਜ਼ਟਰ ਵੀਜ਼ਾ ਲਗਾ ਲੈਂਦੇ ਸੀ, ਕੋਈ ਵੀ ਤਰੀਕਾ ਲਾ ਕੇ, ਹੀਲਾ ਵਸੀਲਾ, ਕੋਈ ਵੀ ਹੀਲਾ ਵਸੀਲਾ ਲਗਾ ਕੇ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਆ ਗਏ ਤੇ ਕੈਨੇਡਾ ਆ ਕੇ ਵਿਜ਼ਟਰ ਵੀਜ਼ਾ ਤੇ ਵਰਕ ਪਰਮਿਟ ਲੈ ਲਿੱਤਾ, ਬੰਦ ਹੋ ਰਿਹਾ ਹੈ, ਇਹ ਵੀ ਬੰਦ ਹੋ ਰਿਹਾ ਹੈ। ਇਹ ਦੋ ਵੱਡੇ ਚੇਂਜਸ ਨੇ, ਆਪਸ ਚ ਕਨੈਕਟਡ ਨੇ, ਤੁਹਾਨੂੰ ਪਤਾ ਲੱਗ ਗਿਆ ਆਪਸ ਚ ਕਨੈਕਟਡ ਨੇ। ਇੱਕ ਅੱਜ ਅਨਾਊਂਸ ਹੋਇਆ, ਇੱਕ ਦਿਨ ਪਹਿਲਾਂ ਅਨਾਊਂਸ ਹੋਇਆ ਸੀ। ਸੋ ਇਹ ਮਿਨਿਸਟਰ ਆਲਰੇਡੀ, ਮਿਨਿਸਟਰ ਨੇ ਸਾਰੇ ਚੇਂਜਸ ਅਨਾਊਂਸ ਕਰਤੇ ਨੇ। ਆਪਾਂ ਪਹਿਲੇ LMIA ਦੀ ਗੱਲ ਕਰਨੇ ਆ, ਫਿਰ ਵਿਜ਼ਟਰ ਵੀਜ਼ਾ ਟੂ ਵਰਕ ਪਰਮਿਟ ਦੀ ਗੱਲ ਕਰਾਂਗੇ। LMIA, ਸੋ LMIA ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ, ਮੈਂ ਬਹੁਤ ਮੇਰੇ ਵੀਡੀਓਜ਼ ਨੇ LMIA ਦੇ ਉੱਤੇ, LMIA ਕੀ ਹੈ, 200 ਪੁਆਇੰਟ ਵਾਲੀ LMIA ਕੀ ਹੈ, PR ਸਪੋਰਟ ਦੀ LMIA ਕੀ ਹੈ, LMIA ਤੁਹਾਨੂੰ ਕਿਸ ਤਰ੍ਹਾਂ ਫਾਇਦਾ ਦੇ ਸਕਦੀ ਹੈ, LMIA ਵਰਸਿਸ ਕੇਅਰ ਗਿਵਰ, ਬਹੁਤ ਵੀਡੀਓ ਨੇ ਮੇਰੇ। ਤੁਸੀਂ LMIA ਦੇ ਉੱਤੇ, LMIA ਦੀ ਕੰਪੈਰੀਜ਼ਨ ਦੇ ਉੱਤੇ ਤੁਸੀਂ ਬਹੁਤ ਕੁਝ ਦੇਖ ਸਕਦੇ ਹੋ ਮੇਰੇ ਚੈਨਲ ਦੇ ਉੱਤੇ। ਸੋ LMIA ਜਿਹੜੀਆਂ ਨੇ, ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ, ਇੱਕ ਟੂਲ ਹੈ ਜੋ ਕਿ ਬਿਜ਼ਨਸ ਓਨਰ ਨੂੰ ਮਿਲਦਾ ਹੈ, ESDC ਪ੍ਰੋਵਾਈਡ ਕਰਦਾ ਹੈ, ਤੇ ਇਹ ਜਿਹੜੀ LMIA ਹੈ ਨਾ,
ਸਾਰੀਆਂ ਨਹੀਂ ਬੰਦ ਹੋ ਰਹੀਆਂ, ਪਹਿਲੇ ਮੈਂ ਇੱਥੇ ਕਲੀਅਰ ਕਰ ਦਿਆਂ। ਸੋ LMI ਜਿਹੜੀਆਂ ਹੁੰਦੀਆਂ ਨੇ ਨਾ, ਮੈਂ ਤੁਹਾਡੀ ਨੌਲੇਜ ਵਾਸਤੇ ਇਹ ਦੱਸਣਾ ਚਾਹੁੰਦਾ ਕਿ LMI 6-7 ਤਰੀਕੇ ਦੀਆਂ ਹੈਗੀਆਂ ਨੇ। ਸੋ ਹਾਈ ਵੇਜ ਲੋ ਵੇਜ, ਇੱਕ ਹਾਈ ਵੇਜ ਦੀ LMI ਹੈ, ਇੱਕ ਲੋ ਵੇਜ ਦੀ LMI ਹੈ। ਇੱਕ ਮਿੰਟ ਇੱਥੇ ਮੈਂ ਰੋਕਾਂਗਾ ਕਿਉਂਕਿ ਇਹੀ ਬੜੀਆਂ ਇੰਪੋਰਟੈਂਟ ਨੇ, ਬਾਕੀ ਹਜੇ ਇਹਦੀ ਗੱਲ ਨਹੀਂ ਕਰਦੇ। ਹਾਈ ਵੇਜ ਲੋ ਵੇਜ, ਹਾਈ ਵੇਜ ਦਾ ਮਤਲਬ ਕੀ ਹੈ, ਲੋ ਵੇਜ ਦਾ ਮਤਲਬ ਕੀ ਹੈ, ਲੋ ਵੇਜ ਦਾ ਮਤਲਬ ਹੈ ਮੀਡੀਅਨ, ਯਾਨੀ ਕਿ ਅਗਰ ਸਾਰੇ ਇੰਪਲੋਇਰਸ ਅਗਰ$15 $20 ਘੰਟਾ ਦਿੰਦੇ ਨੇ ਤੇ ਐਵਰੇਜ ਅਗਰ ਉਹਦੀ ਹੈਗੀ ਹੈ $20 ਕਿਸੇ ਵੀ ਜੋਬ ਵਾਸਤੇ, ਤੁਸੀਂ ਉਸ ਤੋਂ ਥੱਲੇ ਦਿੰਦੇ ਹੋ ਲੋ ਵੇਜ, ਉਸ ਤੋਂ ਉੱਤੇ ਦਿੰਦੇ ਹੋ ਹਾਈ ਵੇਜ। ਹਾਈ ਵੇਜ ਲੋ ਵੇਜ, ਸੋ ਲੋ ਵੇਜ LMI ਜਿਹੜੀਆਂ ਨੇ ਮੀਡੀਅਨ ਤੋਂ ਥੱਲੇ ਹੁੰਦੀਆਂ ਨੇ। ਲੋ ਵੇਜ LMI ਦੇ ਉੱਤੇ ਸਭ ਤੋਂ ਵੱਡਾ ਜਿਹੜਾ ਕ੍ਰੈਕ ਡਾਊਨ ਹੋਇਆ, ਮੇਰਾ ਵਰਡ ਹੈ ਕ੍ਰੈਕ ਡਾਊਨ, ਕ੍ਰੈਕ ਡਾਊਨ ਲੋ ਵੇਜ LMI ਤੇ ਹੋਇਆ। ਅਗਲੀ ਹੈਗੀ ਹੈ LMI ਫੋਰ PR ਸਪੋਰਟ, ਇਹਦੇ ਚ ਇਹ ਉਹ LMI ਹੈ ਜਿਹਦੇ ਚ ਤੁਹਾਨੂੰ 50 ਪੁਆਇੰਟ ਮਿਲਦੇ ਨੇ ਐਕਸਪ੍ਰੈਸ ਐਂਟਰੀ ਦੇ ਵਿੱਚ। ਸੋ ਇਹ ਉੱਥੇ ਹੀ ਹੈ, ਇਹਨੂੰ ਕੋਈ ਪ੍ਰੋਬਲਮ ਨਹੀਂ ਹੈ। ਚੌਥੀ LMI ਹੈ ਜਿਹੜੀ ਹੈਗੀ ਹੈ ਸੀਜ਼ਨਲ ਐਗਰੀਕਲਚਰ ਵਰਕਰ ਪ੍ਰੋਗਰਾਮ ਦੇ ਅੰਦਰ ਹੁੰਦੀ ਹੈ, SAWP LMI ਕਹਿੰਦੇ ਨੇ। ਇੱਕ ਹੋਰ ਹੁੰਦੀ ਹੈ ਉਹਨੂੰ ਐਗਰੀਕਲਚਰ ਸਟ੍ਰੀਮ LMI ਕਹਿੰਦੇ ਨੇ, ਔਰ ਇੱਕ ਹੁੰਦੀ ਹੈ ਗਲੋਬਲ ਟੈਲੈਂਟ ਸਟ੍ਰੀਮ GTS। ਇਹ ਬੜੀ ਜਲਦੀ ਤੁਹਾਨੂੰ LMI ਮਿਲਦੀ ਹੈ, IT ਦੇ ਸੈਕਟਰ ਚ ਹੁੰਦੀ ਹੈ। ਸੋ ਇਹ ਅਲੱਗ LMI ਹੈ। ਹੁਣ ਫਰਕ ਕਿਸ ਤੇ ਪਿਆ, ਫਰਕ ਪਿਆ ਸਿਰਫ ਔਰ ਸਿਰਫ ਅੱਜ ਦੀ ਡੇਟ ਚ ਲੋ ਵੇਜ ਤੇ, ਹਾਈ ਵੇਜ ਤੇ ਵੀ ਪੈ ਸਕਦਾ ਲੇਕਿਨ ਆਪਾਂ ਸਿਰਫ ਅਜੇ ਪਹਿਲੇ ਲੋ ਵੇਜ ਦੀ ਗੱਲ ਕਰਾਂਗੇ। ਲੋ ਵੇਜ ਤੇ ਸਭ ਤੋਂ ਵੱਡਾ ਫਰਕ ਪਿਆ। ਸੋ ਲੋ ਵੇਜ ਦੀ ਗੱਲ ਕਰੀਏ ਤੇ ਪਹਿਲੇ ਤੁਹਾਨੂੰ ਦੱਸਦੇ ਆ ਕਿ ਪਾਲਿਸੀ ਅਪਡੇਟ ਹੋਇਆ ਕੀ ਹੈ, ਕੀ ਗੌਰਮੈਂਟ ਨੇ ਅਨਾਊਂਸਮੈਂਟ ਕੀ ਕੀਤੀ ਹੈ। ਸੋ ਅਨਾਊਂਸਮੈਂਟ ਕੀਤੀ ਹੈ 26 ਸਤੰਬਰ, ਯਾਨੀ ਕਿ 2 ਦਿਨ ਪਹਿਲਾਂ 26 ਸਤੰਬਰ ਨੂੰ ਇਹ ਅਨਾਊਂਸਮੈਂਟ ਕੀਤੀ ਗਈ ਹੈ ਕਿ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਲੋ ਵੇਜ ਵਾਸਤੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਜਿਹੜੇ ਮੈਟਰੋਪੋਲੀਟਨ ਏਰੀਆ ਨੇ, ਇੱਥੇ ਬੜਾ ਧਿਆਨ ਦੇਣ ਦੀ ਲੋੜ ਹੈ, ਇੱਕ ਇੱਕ ਵਰਡ ਦੀ ਕੀਮਤ ਹੈ। ਮੈਟਰੋਪੋਲੀਟਨ ਏਰੀਆ, ਮੈਟਰੋਪੋਲੀਟਨ ਏਰੀਆ ਜਿਵੇਂ ਟੋਰਾਂਟੋ, ਬ੍ਰੈਂਪਟਨ, ਮਿਸੀਸਾਗਾ, ਇਹ ਜਿਹੜੇ ਵੱਡੇ ਸ਼ਹਿਰ ਨੇ, ਜਿਹੜੇ ਮੈਟਰੋਪੋਲੀਟਨ ਏਰੀਆਸ ਨੇ ਉਹਦੇ ਵਿੱਚ, ਔਰ ਉੱਥੇ ਜਿੱਥੇ ਅਨਇੰਪਲੋਇਮੈਂਟ ਰੇਟ ਜ਼ਿਆਦਾ ਹੈ 6% ਤੋਂ, 6% ਤੋਂ ਅਗਰ ਜ਼ਿਆਦਾ ਇੰਪਲੋਇਮੈਂਟ ਰੇਟ, ਅਨਇੰਪਲੋਇਮੈਂਟ ਰੇਟ ਹੈ, ਯਾਨੀ ਕਿ ਲੋਕਾਂ ਨੂੰ ਉੱਥੇ ਜੋਬ ਨਹੀਂ ਲੱਭ ਰਹੀ, ਅਨਇੰਪਲੋਇਮੈਂਟ ਰੇਟ ਅਗਰ ਜ਼ਿਆਦਾ ਹੈ ਤੇ ਉੱਥੇ ਨਹੀਂ ਹੋਏਗੀ LMI। ਸੋ ਇਹ ਜਿਹੜੀ ਚੀਜ਼ ਹੈ ਇਹ ਤੁਹਾਡੇ ਸਾਹਮਣੇ, ਵਰਡ ਬੜਾ ਧਿਆਨ ਨਾਲ ਦੇਖੋ, ਮੈਟਰੋਪੋਲੀਟਨ ਏਰੀਆ 6% ਤੋਂ ਜ਼ਿਆਦਾ ਅਨਇੰਪਲੋਇਮੈਂਟ ਰੇਟ ਤੇ ਲੋ ਵੇਜ, ਇਹ ਸਾਰੀਆਂ ਚੀਜ਼ਾਂ ਤੁਸੀਂ ਧਿਆਨ ਰੱਖਣੀਆਂ ਨੇ, ਇਹ ਇੰਪੋਰਟੈਂਟ ਚੀਜ਼ਾਂ ਨੇ। ਇਹ ਪਾਲਿਸੀ ਅਪਡੇਟ ਹੈ। ਹੁਣ ਕਈ ਹੋਰ ਚੇਂਜਸ ਹੋਏ ਨੇ, ਸਟੈਪ ਕਿਉਂ ਲਿੱਤਾ ਗਿਆ, ਇਹ ਸਟੈਪ ਕਿਉਂ ਲਿੱਤਾ ਗਿਆ, ਇਹ ਜਿਹੜਾ ਸਟੈਪ ਹੈ ਟੈਂਪਰੇਰੀ ਫੋਰਨ ਵਰਕਰਸ ਜਿਹੜੇ ਨੇ ਉਹ ਇਸ ਕਰਕੇ ਹੁੰਦੇ ਨੇ ਕਿ ਸ਼ੋਰਟੇਜ ਨੂੰ ਫਿਲ ਕੀਤਾ ਜਾ ਸਕੇ, ਤੇ ਜਦੋਂ ਵੀ ਲੋੜ ਹੁੰਦੀ ਹੈ ਟੈਂਪਰੇਰੀ ਫੋਰਨ ਵਰਕਰਸ ਦੀ, ਅਗਰ ਤੁਹਾਨੂੰ ਕੈਨੇਡੀਅਨਸ ਨਹੀਂ ਮਿਲ ਰਹੇ, ਅਗਰ ਤੁਹਾਨੂੰ ਕੈਨੇਡਾ ਚ ਉਸ ਜੋਬ ਤੇ ਕੰਮ ਕਰਨ ਵਾਲੇ ਬੰਦੇ ਨਹੀਂ ਮਿਲ ਰਹੇ, ਤੇ ਫਿਰ ਗੌਰਮੈਂਟ ਕਹਿੰਦੀ ਹੈ ਕਿ ਬਈ ਐਸਾ ਹੈ ਕਿ ਤੁਸੀਂ ਬਾਹਰੋਂ ਹਾਇਰ ਕਰ ਲਓ, ਤੇ ਇਹ ਲਿੱਤਾ ਗਿਆ। ਲੇਕਿਨ ਜਦੋਂ ਅਨਇੰਪਲੋਇਮੈਂਟ ਰੇਟ ਇੱਥੇ, ਅਗਰ ਲੋਕ ਪਰੇਸ਼ਾਨ ਨੇ, ਉਹਨਾਂ ਨੂੰ ਜੋਬ ਨਹੀਂ ਮਿਲ ਰਹੀਆਂ, ਅਗਰ ਅਨਇੰਪਲੋਇਮੈਂਟ ਰੇਟ ਜ਼ਿਆਦਾ ਹੈ ਤੇ ਇਹ ਫਿਰ ਪਾਲਿਸੀ ਨਹੀਂ ਚੱਲੇਗੀ। ਤੇ ਨਾਲ ਦੇ ਨਾਲ ਮਿਸਯੂਜ਼ ਬਹੁਤ ਹੈ, ਮੈਂ ਤੁਹਾਨੂੰ ਪਹਿਲੇ ਵੀ ਇਹ ਗੱਲ ਕਹੀ ਸੀ, ਇਹ ਨਾ ਸੋਚੋ ਕਿ ਗੌਰਮੈਂਟ ਨੂੰ ਸਮਝ ਨਹੀਂ ਆਉਂਦੀ। ਸੋ ਮਿਸਯੂਜ਼ ਬਹੁਤ ਜ਼ਿਆਦਾ ਹੈ ਇਸ ਚੀਜ਼ ਦਾ, ਸੋ ਇਹ ਸਟੈਪ ਤਾਂ ਕਰਕੇ ਲਿੱਤਾ ਗਿਆ। ਅਗਲੀ ਅਗਰ ਗੱਲ ਕਰੀਏ ਤੇ ਐਗਜ਼ੈਂਪਸ਼ਨਸ ਕੀ ਨੇ, ਐਗਜ਼ੈਂਪਸ਼ਨਸ ਜਿਹੜੇ ਹੈਗੇ ਨੇ ਉਹ ਐਗਜ਼ੈਂਪਸ਼ਨਸ ਨੇ ਹੈਲਥ ਕੇਅਰ ਇੰਡਸਟਰੀ ਦੇ ਵਿੱਚ, ਕੰਸਟਰਕਸ਼ਨ ਦੇ ਵਿੱਚ, ਔਰ ਕੁਛ ਇੱਕ ਫੂਡ ਸਿਕਿਉਰਿਟੀ, ਪ੍ਰਾਇਮਰੀ ਐਗਰੀਕਲਚਰ
ਤੇ ਫਿਸ਼ ਪ੍ਰੋਸੈਸਿੰਗ ਦੇ ਵਿੱਚ ਕੁਝ ਐਗਜ਼ੈਂਪਸ਼ਨਸ ਦਿੱਤੇ ਹੋਏ ਨੇ, ਮੇਨਲੀ ਹੈਲਥ ਕੇਅਰ, ਕੰਸਟਰਕਸ਼ਨ ਔਰ ਫੂਡ ਸਿਕਿਉਰਿਟੀ। ਇਹ ਤਿੰਨ ਸੈਕਟਰਸ ਦੇ ਵਿੱਚ ਐਗਜ਼ੈਂਪਸ਼ਨਸ ਦਿੱਤੇ ਗਏ ਨੇ ਤੇ ਵਟ ਨੈਕਸਟ ਹੋਏਗਾ, ਕੀ ਅੱਗੇ ਕੀ ਹੋਏਗਾ। ਸੋ ਵਟ ਨੈਕਸਟ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤੇ 90 ਦਿਨਾਂ ਬਾਅਦ ਰੀਅਸੈਸਮੈਂਟ ਹੋਏਗੀ। ਸੋ 90 ਦਿਨਾਂ ਬਾਅਦ ਰੀਅਸੈਸਮੈਂਟ ਹੋਣੀ ਹੈ ਕਿ ਬਈ ESTC ਰਿਵਿਊ ਕਰੇਗਾ ਕਿ ਹਾਈਵੇਜ ਦੇ ਉੱਤੇ ਵੀ ਅਸੀਂ ਟਾਈਟ ਕਰੀਏ ਕਿ ਨਾ ਕਰੀਏ। 90 ਡੇਜ਼ ਬਾਅਦ ਇਹ ਰੀਅਸੈਸਮੈਂਟ ਹੋਏਗੀ। ਸੋ ਇਹ ਜਿਹੜੀ ਚੀਜ਼ ਹੈ, ਇਹ ਪਾਲਿਸੀ ਜਿਹੜੀ ਹੈਗੀ ਹੈ 26 September ਤੋਂ ਸ਼ੁਰੂ ਹੋਏਗੀ। ਇਹ ਜਿਹੜੀ ਆਲਰੇਡੀ 2 ਦਿਨ ਪਹਿਲਾਂ ਅਨਾਊਂਸ ਹੋਈ ਹੈ, ਲੇਕਿਨ ਇਫੈਕਟਿਵ 26 September ਤੋਂ ਹੋ ਜਾਏਗੀ। ਸੋ ਇਹ ਤੁਸੀਂ ਦੇਖੋ, 1 ਮਹੀਨੇ ਦਾ ਇਹਨਾਂ ਨੇ ਟਾਈਮ ਦਿੱਤਾ ਤੇ 1 ਮਹੀਨੇ ਬਾਅਦ ਇਹ ਇੰਪਲੀਮੈਂਟ ਹੋਏਗੀ। 1 ਮਹੀਨਾ ਇੱਥੇ ਧਿਆਨ ਦੇਣ ਦੀ ਲੋੜ ਹੈਗੀ ਹੈ 1 ਮਹੀਨੇ ਬਾਅਦ। ਸੋ ਇਹ ਜਿਹੜਾ 90 ਦਿਨ ਦਾ ਟਾਈਮ ਫਰੇਮ ਹੈ, ਇਹ 90 ਦਿਨ ਦਾ ਟਾਈਮ ਫਰੇਮ ਹੈ ਇੱਕ ਹਾਈ ਵੇਜ ਵਾਸਤੇ। ਹਾਈ ਵੇਜ ਦੇ ਵਿੱਚ ਕੀ ਚੇਂਜਸ ਹੋਣਗੇ ਹਜੇ ਨਹੀਂ ਪਤਾ, ਲੇਕਿਨ ਹੋਣਗੇ, ਉਮੀਦ ਹੈ, ਰਾਈਟ। ਸੋ ਇਹ ਤੁਹਾਡੇ ਸਾਹਮਣੇ ਹੈਗਾ। ਹੋਰ ਇਹਦੇ ਇਲਾਵਾ ਜਿਹੜਾ ਹੈਗਾ, ਜਿਹੜੀਆਂ LMIs ਨੇ ਉਹਦੇ ਵਿੱਚ ਇੱਕ ਹੋਰ ਬੜੀ ਵੱਡੀ ਚੇਂਜ ਹੋਈ ਹੈਗੀ ਹੈ ਕਿ ਪਹਿਲੇ ਕੀ ਹੁੰਦਾ ਸੀ ਕਿ ਤੁਸੀਂ 20% ਆਫ ਦਾ ਵਰਕਫੋਰਸ ਜਿਹੜੀ ਹੈ ਟੈਂਪਰੇਰੀ ਫੋਰਨ ਵਰਕਰ ਜਿਹੜੇ ਤੁਸੀਂ ਲੈ ਸਕਦੇ ਸੀ, ਉਹ ਜਿਹੜੇ 20% ਨੇ ਹੁਣ ਘਟਾ ਕੇ 10% ਕਰਦੇ ਗਏ। ਇਹ ਬਹੁਤ ਇੰਪੋਰਟੈਂਟ ਫੈਕਟਰ ਹੈ, 20% ਤੋਂ 10% ਹੋ ਗਏ ਨੇ। ਔਰ ਨਾਲ ਦੇ ਨਾਲ ਇੱਕ ਹੋਰ ਚੀਜ਼ ਯਾਦ ਰੱਖੋ ਕਿ ਜਿਹੜੀ ਸਕਰੂਟਨੀ ਹੈ, ਉਹ ਸਕਰੂਟਨੀ ਬਹੁਤ ਵੱਧ ਗਈ ਹੈ, ਬਹੁਤ ਜ਼ਿਆਦਾ ਸਕਰੂਟਨੀ ਵੱਧ ਗਈ ਹੈ। ਔਰ ਜਿਹੜਾ LMIA ਦਾ ਵਰਕ ਪਰਮਿਟ ਹੁੰਦਾ ਸੀ ਨਾ, 2 ਸਾਲ ਦਾ ਮਿਲਦਾ ਸੀ, ਹੁਣ ਮਿਲੇਗਾ 1 ਸਾਲ ਦਾ। ਸੋ ਇਹ ਵੀ ਇੱਥੇ ਆ ਕੇ ਫਰਕ ਹੋ ਗਿਆ। ਸੋ ਇਹ ਪਹਿਲਾ ਅਪਡੇਟ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਹੈ। ਦੂਜਾ ਅਪਡੇਟ ਹੈ ਵਿਜ਼ਟਰ ਵੀਜ਼ਾ ਟੂ ਵਰਕ ਪਰਮਿਟ। ਸੋ ਵਿਜ਼ਟਰ ਵੀਜ਼ਾ ਟੂ ਵਰਕ ਪਰਮਿਟ ਇੱਕ ਬਹੁਤ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਗਿਆ ਟੂਲ ਹੈ ਕਿ ਬਈ ਵਿਜ਼ਟਰ ਲਵਾ ਲਿੱਤਾ, ਕੈਨੇਡਾ ਆ ਗਏ ਤੇ ਕੈਨੇਡਾ ਆ ਕੇ ਕਿਸੇ ਵੀ ਤਰੀਕੇ ਨਾਲ LMIA ਲੈ ਲਿੱਤੀ, LMIA ਲੈ ਕੇ ਤੇ ਬਾਰਡਰ ਤੇ ਗਏ ਜਾਂ ਫਿਰ ਆਨਲਾਈਨ ਅਪਲਾਈ ਕੀਤਾ, ਆਨਲਾਈਨ ਅਪਲਾਈ ਕੀਤਾ ਜਾਂ ਬਾਰਡਰ ਤੇ ਗਏ, ਜਿਸ ਤਰ੍ਹਾਂ ਵੀ, ਤੇ ਵਰਕ ਪਰਮਿਟ ਅਪਲਾਈ ਕਰਤਾ। ਸੋ ਇਹ ਜਿਹੜਾ ਪ੍ਰੋਸੈਸ ਹੈ ਵਿਜ਼ਟਰ ਟੂ ਵਰਕ ਪਰਮਿਟ, ਇਹ ਹੁਣ ਬੰਦ ਹੋ ਰਹੀ। ਸੋ ਪਹਿਲੇ ਤੇ ਇਹਦੀ ਗੱਲ ਕਰੀਏ ਕਿ ਇਹ ਜਿਹੜਾ ਪ੍ਰੋਸੈਸ ਹੈ, ਇਹ ਅਪਡੇਟ ਕਦ ਤੋਂ ਹੈ? ਇਹ ਪਾਲਿਸੀ ਦੇਖੋ, ਦੂਜੀ ਪਾਲਿਸੀ ਜਿਹੜੀ ਹੈ 27 September ਤੋਂ ਲੱਗੇਗੀ, 1 ਮਹੀਨਾ ਹੈਗਾ ਉਹਦੇ ਵਿੱਚ, ਲੇਕਿਨ ਇਹ ਪਾਲਿਸੀ ਅੱਜ ਤੋਂ ਸ਼ੁਰੂ ਹੋਏ, ਟੂਡੇ, ਅੱਜ ਤੋਂ, August 28, 2024, ਅੱਜ ਤੋਂ ਇਹ ਪਾਲਿਸੀ ਸ਼ੁਰੂ ਹੋਏਗੀ ਇਫੈਕਟਿਵ ਇਮੀਡੀਏਟਲੀ। ਤੇ ਦੂਜੀ ਜਿਹੜੀ ਇਹ ਪਾਲਿਸੀ ਓਰੀਜਨ, ਪਾਲਿਸੀ ਓਰੀਜਨ ਇਹ ਸ਼ੁਰੂਆਤ ਕਿੱਥੋਂ ਹੋਈ? ਸ਼ੁਰੂਆਤ ਉੱਥੋਂ ਹੋਈ ਜਦੋਂ ਕਿ ਕੋਵਿਡ ਸੀ, ਕੋਵਿਡ ਦੇ ਦੌਰਾਨ ਜਦੋਂ 5-6 ਮਹੀਨੇ ਕੋਵਿਡ ਚੱਲ ਗਿਆ, ਕੋਈ ਅਵੇਲੇਬਲ ਨਹੀਂ ਸੀ ਕੰਮ ਕਰਨ ਵਾਸਤੇ ਉਸ ਵਕਤ, ਕੋਵਿਡ ਦੇ ਪੈਂਡੇਮਿਕ ਦੇ ਵਕਤ ਟਰੈਵਲ ਨਹੀਂ ਹੋ ਰਿਹਾ ਸੀ, ਸਾਰੇ ਜਹਾਜ਼ ਬੰਦ ਸੀ, ਸਭ ਕੁਛ ਟਰੈਵਲ ਆਲਮੋਸਟ ਬੰਦ ਸੀ, ਤੇ ਉੱਥੇ ਕਿਹਾ ਗਿਆ ਬਈ ਜਿਹੜਾ ਵਰਕ ਪਰਮਿਟ, ਜਿਹੜਾ ਵਿਜ਼ਟਰ ਹੈਗਾ ਉਹ ਅਗਰ ਵਰਕ ਪਰਮਿਟ ਤੇ ਆਉਣਾ ਚਾਹੁੰਦਾ ਤੇ ਵਿਦ ਇਨ ਕੰਟਰੀ ਇਹ ਤੇ ਲੈ ਸਕਦਾ। ਬੜੀ ਅੱਛੀ ਇੱਕ ਨੀਅਤ ਸੀ, ਬਹੁਤ ਅੱਛੀ ਨੀਅਤ ਸੀ, ਬਹੁਤ ਅੱਛੀ ਸੋਚ ਸੀ, ਲੇਕਿਨ ਇੰਪਲੀਮੈਂਟ ਬਹੁਤ ਗਲਤ ਢੰਗ ਨਾਲ ਹੋਈ। ਸੋ ਇਹ ਓਰੀਜਨ ਹੈ, ਇਹ ਪਾਲਿਸੀ ਦੀ ਓਰੀਜਨ ਹੈ, ਰਾਈਟ। ਔਰ ਇਹਦੇ ਇਲਾਵਾ ਜੇ ਅਸੀਂ ਗੱਲ ਕਰੀਏ ਤੇ ਕੰਕਲੂਜਨ, ਇਹ ਪਾਲਿਸੀ ਖਤਮ ਹੋਣੀ ਸੀ February 2025 ਚ, 2025 ਚ ਇਹ ਪਾਲਿਸੀ ਖਤਮ ਹੋਣੀ ਸੀ, ਲੇਕਿਨ ਗੌਰਮੈਂਟ ਨੇ, ਆਈ ਸ਼ੁਡ ਨਾਟ ਯੂਜ਼ ਦਾ ਵਰਡ, ਦੁਖੀ ਹੋ ਕੇ ਕਿਹਾ ਜੀ ਪਹਿਲਾਂ ਹੀ ਬੰਦ ਕਰ ਦਿਓ ਇਹਨੂੰ। ਸੋ ਇਹਨੂੰ ਅੱਜ ਹੀ ਬੰਦ ਕਰਤਾ ਗਿਆ, ਅੱਜ 28 August
ਅੱਜ ਹੀ ਇਹ ਪਾਲਿਸੀ ਇਮੀਡੀਏਟਲੀ ਬੰਦ ਹੋ ਗਈ ਹੈ। ਸੋ ਇਹ ਕਿਉਂਕਿ ਬਹੁਤ ਵੱਡੇ ਇੰਟੀਗ੍ਰਿਟੀ ਕੁਐਸਚਨ ਕੈਨੇਡਾ ਦੀ ਇਮੀਗ੍ਰੇਸ਼ਨ ਸਿਸਟਮ ਤੇ ਚੁੱਕ ਰਹੇ ਸੀ, ਇਸ ਕਰਕੇ ਇਹਨੂੰ ਇਮੀਡੀਏਟਲੀ ਬੰਦ ਕਰਤਾ ਗਿਆ। ਹੁਣ ਸਟੈਪ ਕਿਉਂ ਲਿੱਤਾ ਗਿਆ? ਸੋ ਸਭ ਤੋਂ ਵੱਡਾ ਸਟੈਪ ਲਿੱਤਾ ਗਿਆ ਕਿ ਇਹ ਮਿਸਯੂਜ਼ ਹੋ ਰਹੀ ਸੀ, ਐਕਸਪਲੋਇਟ ਕੀਤਾ ਜਾ ਰਿਹਾ ਸੀ, ਔਰ ਅਰਲੀ ਟਰਮੀਨੇਸ਼ਨ ਇਹਦਾ ਇਸੇ ਕਰਕੇ ਕੀਤਾ ਗਿਆ ਕਿਉਂਕਿ ਬਾਕੀ ਜਿਹੜਾ ਹੈਗਾ। ਇੱਕ ਚੀਜ਼ ਹੋਰ ਦੱਸਦੇ ਹਾਂ, ਹੁਣ ਕਈ ਲੋਕ ਇੱਥੇ ਪੁੱਛਣਗੇ ਵੀ ਅਸੀਂ ਤੇ ਆਪਣੀ ਐਪਲੀਕੇਸ਼ਨ 2 ਦਿਨ ਪਹਿਲਾਂ ਹੀ ਲਾਈ ਸੀ। ਕੋਈ ਗੱਲ ਨਹੀਂ, ਕੋਈ ਚਿੰਤਾ ਦੀ ਲੋੜ ਨਹੀਂ। ਅਗਰ 28 ਤਰੀਕ ਤੋਂ ਪਹਿਲਾਂ ਤੁਹਾਡੀ ਐਪਲੀਕੇਸ਼ਨ ਲੱਗੀ ਸੀ, 28 ਤਰੀਕ ਤੋਂ ਪਹਿਲਾਂ ਤੁਹਾਡੀ ਐਪਲੀਕੇਸ਼ਨ ਲੱਗੀ ਸੀ ਤੇ ਉਹ ਪਿਛਲੇ ਲੋਟ ਵਿੱਚ ਕਾਊਂਟ ਹੋਏਗੀ ਔਰ ਉਹਨੂੰ ਉਸੇ ਹਿਸਾਬ ਨਾਲ ਪ੍ਰੋਸੈਸ ਕੀਤਾ ਜਾਏਗਾ, ਉਹ ਜਿਹੜੀ ਹੈਗੀ ਹੈ ਨਵੇਂ ਰੂਲ 'ਚ ਨਹੀਂ ਆਏਗੀ। ਬਟ ਅੱਜ ਤੋਂ ਇਹ ਨਵਾਂ ਰੂਲ ਚਾਲੂ ਹੈ। ਸੋ ਇਹ ਬਹੁਤ ਇੰਪੋਰਟੈਂਟ ਅਪਡੇਟ ਹੈ। ਸੋ ਤੁਸੀਂ ਆਪਣਾ ਕੇਸ ਡਿਸਕਸ ਕਰਨਾ ਚਾਹੁੰਦੇ ਹੋ ਸਾਡੇ ਨਾਲ, ਕੋਈ ਵੀ ਤਰ੍ਹਾਂ ਦਾ ਕੇਸ ਹੈ, ਕਿਸੇ ਵੀ ਤਰ੍ਹਾਂ ਦਾ ਇਮੀਗ੍ਰੇਸ਼ਨ ਦਾ ਕੇਸ ਹੈ, ਰਿਫਿਊਜ਼ਲ ਹੈ, ਅਪੀਲ ਹੈ, ਐਕਸਪ੍ਰੈਸ ਐਂਟਰੀ ਦਾ ਕੇਸ ਹੈ, ਤੁਹਾਡਾ PNP ਹੈ, ਕੇਅਰ ਗਿਵਰ ਹੈ, ਤੁਸੀਂ ਬੇਝਿਜਕ ਸਾਡੇ ਨਾਲ ਗੱਲ ਕਰ ਸਕਦੇ ਹੋ, 1-on-1 ਗੱਲ ਕਰ ਸਕਦੇ ਹੋ, ਅਪੁਆਇੰਟਮੈਂਟ ਬਣਾ ਕੇ ਆਪਣਾ ਪੂਰਾ ਕੇਸ ਡਿਸਕਸ ਕਰ ਸਕਦੇ ਹੋ, ਸਹੀ ਰਸਤਾ ਸਹੀ ਤਰੀਕਾ ਜਾਣ ਸਕਦੇ ਹੋ। ਸਾਡਾ ਇੱਕੋ ਇੱਕ ਆਫਿਸ ਹੈ ਬ੍ਰੈਂਪਟਨ ਦੇ ਵਿੱਚ, ਐਡਰੈਸ, ਈਮੇਲ ID, ਫੋਨ ਨੰਬਰ ਸਭ ਕੁਝ ਇੱਥੇ ਤੁਹਾਡੇ ਨਾਲ ਸ਼ੇਅਰਡ ਹੈ। ਤੇ ਬੇਹੱਦ ਜ਼ਰੂਰੀ ਗੱਲ, ਚੈਨਲ ਤੁਸੀਂ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ ਦ ਵੀਡੀਓ। ਥੈਂਕਸ।